ਉਧਰ ਅੰਮ੍ਰਿਤਸਰ ਦੇ ਵਿੱਚ ਰਾਹੁਲ ਗਾਂਧੀ ਆਏ ਹੋਏ ਨੇ ਤੇ ਰਾਹੁਲ ਗਾਂਧੀ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਦੀ ਅਕਾਲੀ ਭਾਜਪਾ ਸਰਕਾਰ ਨੂੰ ਲੋਕਾਂ ਦੇ ਵਿੱਚ ਕਮਜ਼ੋਰ ਕਰਨ ਦੇ ਲਈ ਨਸ਼ੇ ਦੇ ਮੁੱਦੇ ਨੂੰ ਆਧਾਰ ਬਣਾਇਆ ਹੈ। ਇਹ ਪਹਿਲਾ ਮੌਕਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਰਾਹੁਲ ਗਾਂਧੀ ਪੰਜਾਬ ਦੇ ਵਿੱਚ ਨਸ਼ੇ ਦੇ ਮੁੱਦੇ ਨੂੰ ਆਪਣੀ ਸਿਆਸਤ ਦਾ ਆਧਾਰ ਬਣਾਉਂਦੇ ਰਹੇ ਨੇ। ਇਸ ਵਾਰ ਰਾਹੁਲ ਨੇ ਪੰਜਾਬ ਦੇ ਵਿੱਚ ਲੋਕਾਂ ਨੂੰ ਪ੍ਰਭਾਵਿਤ ਕਰਨ ਲਈ ਨਸ਼ਿਆਂ ਉੱਤੇ ਬਣੀ ਇੱਕ ਡਾਕੂਮੈਂਟਰੀ ਫਿਲਮ ਦਾ ਸਹਾਰਾ ਲਿਆ ਹੈ। ਪਟਿਆਲਾ ਦੀ ਸਾਧਵੀ ਖੋਸਲਾ ਦੁਆਰਾ ਬਣਾਈ ਗਈ ਇਸ ਡਾਕੂਮੈਂਟਰੀ ਫਿਲਮ ਨੂੰ ਅੰਮ੍ਰਿਤਸਰ ਦੇ ਤਕਰੀਬਨ 400 ਲੋਕਾਂ ਨੇ ਵੇਖਿਆ। ਇਸ ਮੌਕੇ ਰਾਹੁਲ ਨੇ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਉੱਤੇ ਨਸ਼ੇ ਨੂੰ ਲੈ ਕੇ ਤਿੱਖੇ ਨਿਸ਼ਾਨੇ ਲਗਾਏ ਨੇ। ਆਪਣੇ ਆਪਣੀ ਫਿਲਮ ਕੀ ਸ਼ੁਰੂਆਤ ਨੇ ਹਮ ਸਬਸੇ ਪੂਛਾ ਅਗਰ ਹਮੇ ਫਿਲਮ ਅੱਛੀ ਲਗੀ ਔਰ ਉਸਕੇ ਬਾਅਦ ਆਪਨੇ ਕਹਾ ਕਿ ਐਸੀ ਫਿਲਮ ਅੱਛੀ ਨਹੀਂ ਲੱਗ ਸਕਤੀ ਹੈ। ਫਿਲਮ ਕਾ ਸਬਜੈਕਟ ਜੋ ਹੈ ਅੱਛਾ ਨਹੀਂ ਹੈ, ਮਗਰ ਇਸ ਸਬਜੈਕਟ ਕੋ ਪੂਰਾ ਪੰਜਾਬ ਜੀ ਰਹਾ ਹੈ। ਤੋ ਜੋ ਸਬਜੈਕਟ ਹੈ ਵੋ ਅੱਛਾ ਨਹੀਂ ਹੈ, ਮਗਰ ਜੋ ਆਪਨੇ ਕਾਮ ਕੀਆ ਹੈ ਵੋ ਹਮ ਸਭ ਕੋ ਬਹੁਤ ਅੱਛਾ ਲਗਾ, ਕਿਉਂਕਿ ਆਪਨੇ ਪੰਜਾਬ ਕੀ ਜੋ ਆਤਮਾ ਹੈ, ਆਪ ਉਸਕੋ ਆਤਮਾ ਕਹੋ, ਸਪਿਰਿਟ ਕਹੋ, ਕੌਨਸ਼ੀਅਸ ਕਹੋ, ਜਿਸਕੋ ਦਬਾਇਆ ਜਾ ਰਹਾ ਹੈ, ਜਿਸਕੋ ਕੁਚਲਾ ਜਾ ਰਹਾ ਹੈ, ਜਿਸਕੋ ਮਾਰਾ ਜਾ ਰਹਾ ਹੈ, ਉਸਕੀ ਲੜਾਈ ਆਪਨੇ ਯਹਾਂ ਸੇ ਲੜੀ ਔਰ ਉਸਕੇ ਲਈ ਉਸਕੀ ਉਸਕੇ ਲਈ ਆਪਨੇ ਸਵਾਲ ਉਠਾਇਆ ਔਰ ਵੋ ਇੱਕ ਬਹੁਤ ਬੜਾ ਕਾਮ ਹੈ। ਕੁਛ ਸਾਲ ਪਹਿਲੇ ਮੈਂ ਯਹਾਂ ਆਇਆ ਥਾ, ਪੰਜਾਬ ਆਇਆ ਥਾ, ਮੈਂ ਪੰਜਾਬ ਕਾ ਨਹੀਂ ਹੂੰ ਔਰ ਹਮ ਸਭ ਇਸ ਬਾਤ ਕੋ ਸਮਝਤੇ ਥੇ ਕਿ ਜੋ ਹਮੇ ਖਾਣਾ ਮਿਲਤਾ ਹੈ ਵੋ ਆਪਕੇ ਕਿਸਾਨ ਹਮੇ ਦੇਤੇ ਹੈ, ਉਸਮੇ ਆਪਕਾ ਪਸੀਨਾ ਮਿਲਾ ਹੁਆ ਹੈ, ਆਪਕਾ ਦਰਦ ਮਿਲਾ ਹੁਆ ਹੈ। ਔਰ ਯੇ ਜੋ ਪੰਜਾਬ ਔਰ ਯੇ ਸਿਰਫ ਮੈਂ ਨਹੀਂ ਬੋਲ ਰਹਾ ਹੂੰ, ਕਿਸੀ ਵੀ ਪ੍ਰਦੇਸ਼ ਮੇ ਆਪ ਚਲੇ ਜਾਈਏ ਔਰ ਸਬਕੇ ਸਭ ਆਪਕੋ ਯੇ ਬਤਾਏਂਗੇ ਕਿ ਪੰਜਾਬ ਕੇ ਲੋਕ ਆਰਮੀ ਮੇ ਖੜੇ ਹੋਤੇ ਹੈ, ਪਾਇਲਟ ਬਣਤੇ ਹੈ ਏਅਰਫੋਰਸ ਮੇ, ਖੇਤੀ ਕਰਤੇ ਹੈ, ਤੋ ਇੱਕ ਪ੍ਰਕਾਰ ਸੇ ਆਪਨੇ ਪੂਰੇ ਦੇਸ਼ ਕੋ ਰਾਸਤਾ ਦਿਖਾਇਆ ਹੈ।